ਕਈਆਂ ਮਾਵਾਂ ਨੇ ਵੀ ਪੜ ਕੇ ਇਸ ਸਕੂਲ ਚ, ਕਈਆਂ ਮਾਵਾਂ ਨੇ, ਕਈਆਂ ਮਾਵਾਂ ਨੇ ਵੀ ਪੜ ਕੇ ਇਸ ਸਕੂਲ ਚ ਸਿੱਖੀ ਸਿਰਕ ਸਵਾਸਾਂ, ਸਿੱਖੀ ਸਿਰਕ ਸਵਾਸਾਂ ਕੇਸਾਂ ਸੰਗ ਨਿਭਾਇਆ। ਗਿਆਨ ਬਿਨਾ ਹੈ ਮੁਕਤੀ ਕਿੱਥੇ, ਮੁਕਤੀ ਬਿਨਾ ਆਨੰਦ ਨਹੀਂ, ਆਨੰਦ ਬਿਨਾ ਸੰਸਾਰ ਦਾ ਪਾਇਆ ਗਲ ਵਿੱਚ ਲਹਿੰਦਾ ਫੰਦ ਨਹੀਂ। ਜੇ ਫੰਦ ਨਾ ਲੱਥਾ ਪੰਜ ਦੂਤਾਂ ਦਾ, ਕਿੱਥੋਂ ਪ੍ਰੇਮ ਦਾ ਸਾਜ ਵਜਾਵੇਂਗਾ। ਤਰਸੇਮ ਸਿੰਘਾ, ਇਹ ਖੇਡ ਪ੍ਰੇਮ ਦੀ ਨਹੀਂ, ਪ੍ਰੇਮ ਬਿਨਾ ਪ੍ਰਭ ਪਾਵੇਂਗਾ। ਹੋਲੇ ਮਹੱਲੇ ਦੇ ਇਸ ਜੋੜ ਮੇਲੇ ਵਿੱਚ ਅਦਬ ਨਾਲ, ਪ੍ਰੇਮ ਨਾਲ ਗੁਰਦੇਵ ਦੇ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ, ਤੇ ਮੇਰੇ ਨਾਲ ਦੇ ਸਾਥੀਆਂ ਨੇ ਕਲੀ ਦੇ ਅੱਖਰ ਤੁਹਾਡੇ ਨਾਲ ਸਾਂਝੇ ਕੀਤੇ ਨੇ ਕਿ ਸਿੱਖੀ ਪੜ੍ਹਨ ਵਾਸਤੇ ਫੀਸ ਸਿਰਾਂ ਦੀ ਲੱਗਦੀ ਹੈ। ਕਲਗੀ ਧਰ ਦਸ਼ਮੇਸ਼ ਪਿਤਾ ਦਾ ਮਹਾਰਾਜ ਦਾ ਦਰਬਾਰ ਸੱਜਿਆ ਸੀ ਤੇ ਗੁਰਦੇਵ ਨੇ ਪੁੱਛਿਆ ਵੀ ਸਿੱਖੀ ਕੀ ਆ ਸੰਗਤ ਨੂੰ। ਹੱਥ ਜੋੜ ਕੇ ਸੰਗਤ ਨੇ ਬੇਨਤੀ ਕੀਤੀ, ਆਖਿਆ ਮਹਾਰਾਜ ਸਾਨੂੰ ਕੀ ਪਤਾ, ਇਹ ਤਾਂ ਤੁਹਾਡੇ ਕੋਲੋਂ ਸਿੱਖਿਆ ਲੈਣ ਵਾਸਤੇ, ਤੁਹਾਡੇ ਕੋਲੋਂ ਗਿਆਨ ਹਾਸਲ ਕਰਨ ਵਾਸਤੇ ਆਏ। ਗੁਰਦੇਵ ਕਹਿਣ ਲੱਗੇ ਤੇ ਸਿੰਘੋ ਸਿੱਖੀ ਇੱਕ ਖੇਡ ਆ। ਮਹਾਰਾਜ ਨੇ ਜਵਾਬ ਦਿੱਤਾ, ਆਖਿਆ ਸਿੱਖੀ ਖੇਡ ਆ। ਸਿੱਖ ਸੰਗਤਾਂ ਨੇ, ਗੁਰੂ ਕੇ ਪਿਆਰੇ ਸਿੱਖਾਂ ਨੇ ਆਖਿਆ ਮਹਾਰਾਜ ਖੇਡ ਕਿਵੇਂ ਹੋਈ, ਜਿੱਥੋਂ ਤੱਕ ਸਾਨੂੰ ਤਾਂ ਪਤਾ ਆ ਗੁਰੂ ਕੇ ਪਿਆਰੇ ਸਿੱਖਾਂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਫਿਰ ਸਿੱਖੀ ਦੀ ਦਾਤ ਉਹਨਾਂ ਦੀ ਝੋਲੀ ਵਿੱਚ ਪਈ ਹੈ। ਛੇਵੇਂ ਪਾਤਸ਼ਾਹ ਦੇ ਵਕਤ ਵਿੱਚ ਕਿੰਨੀਆਂ ਵੱਡੀਆਂ ਕੁਰਬਾਨੀਆਂ ਹੋਈਆਂ, ਚਾਰ ਜੰਗਾਂ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀ ਉਹਨਾਂ ਨੂੰ ਸਿੱਖੀ ਪ੍ਰਾਪਤ ਹੋਈ। ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ, ਗੁਰਸਿੱਖਾਂ ਨੇ ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਸਿੱਖੀ ਪ੍ਰਾਪਤ ਹੋਈ। ਤੇ ਮਹਾਰਾਜ ਤੁਸੀਂ ਕਹਿੰਦੇ ਹੋ ਸਿੱਖੀ ਇੱਕ ਖੇਡ ਹੈ, ਮਹਾਰਾਜ ਤੁਸੀਂ ਕਹਿਣਾ ਕੀ ਚਾਹੁੰਦੇ, ਅਸੀਂ ਸਮਝੇ ਨਹੀਂ ਹੈ। ਮਹਾਰਾਜ ਮੁਸਕਰਾ ਕੇ ਕਹਿੰਦੇ ਸਿੱਖੋ ਸਿੱਖੀ ਹੈਗੀ ਤਾਂ ਖੇਡ ਹੀ ਹੈ, ਪਰ ਇਹ ਸਿਰ ਦੇ ਖਿਦੋਂ ਦਾ ਖੇਡ ਨਹੀਂ ਪੈਂਦੀ, ਇਹ ਪ੍ਰੇਮ ਦੀ ਖੇਡ ਹੈ। ਇੱਕ ਵਾਰ ਸਾਰੀ ਸੰਗਤ ਕਹੋ ਸਤਨਾਮ ਸ੍ਰੀ ਵਾਹਿਗੁਰੂ। ਇਹ ਪ੍ਰੇਮ ਦੀ ਖੇਡ ਗੁਰੂ ਕੇ ਪਿਆਰਿਆਂ ਨੇ ਆਪਣੇ ਸਿੱਖ ਸਿਰਾਂ ਨਾਲ ਖੇਡੀ ਹੈ। ਅੱਜ ਦੇ ਇਸ ਦੀਵਾਨ ਵਿੱਚ ਮੈਨੂੰ ਜੋ ਦੂਸਰਾ ਪੜਾਅ ਹੈ, ਮੈਨੂੰ ਹੁਕਮ ਹੋਇਆ ਸੀ ਕਿ ਇਸ ਪੜਾਅ ਜਿਹੜਾ ਗੁਰਦੁਆਰਾ ਸਾਹਿਬ ਵਿਖੇ ਆਪਾਂ ਸਾਰੇ ਜਾਣੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹਾਜ਼ਰ ਹੋਏ ਹਨ,
ਇਸ ਦੀਵਾਨ ਦੇ ਅੰਦਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਜੀਵਨ ਇਤਿਹਾਸ ਵਿੱਚ ਕੋਈ ਇਤਿਹਾਸ ਦਾ ਵਰਕਾ ਸਾਂਝਾ ਕੀਤਾ ਜਾਏ। ਔਰ ਸੱਚ ਜਾਣੇ ਹੋ ਇਹਨਾਂ ਸਿੱਖਾਂ ਨੇ ਵੀ ਜਿਨ੍ਹਾਂ ਦੀ ਮੈਂ ਗੱਲ ਤੁਹਾਡੇ ਨਾਲ ਕਰਨ ਲੱਗਾ, ਸਿਰ ਦੀ ਬਾਜ਼ੀ ਖੇਡੀ, ਪ੍ਰੇਮ ਦੀ ਖੇਡ ਖੇਡੀ ਸਿਰ ਦੇ ਖੱਡੋ ਦੇ ਨਾਲ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਭਾਵੇਂ ਉਹਨਾਂ ਦੇ ਸਾਥੀ ਹੋਣ, ਸਿਰ ਦਾ ਖਿੱਦੋ ਬਣਾਇਆ ਤੇ ਪ੍ਰੇਮ ਦੀ ਖੇਡ ਖੇਡੀ ਤੇ ਗੁਰੂ ਦੇ ਦਰ ਤੇ ਪ੍ਰਵਾਨ ਹੋਏ। ਉਹਨਾਂ ਗੁਰਸਿੱਖਾਂ ਦਾ ਇਤਿਹਾਸ ਕਹਿਣ ਦਾ ਮੈਨੂੰ ਹੁਕਮ ਹੋਇਆ। ਆਓ, ਜਿੰਨਾ ਕੁ ਸਮਾਂ ਇਸ ਪੜਾਅ ਤੇ ਮੈਨੂੰ ਮਿਲਿਆ ਹੈ, ਮੈਂ ਆਪਣੇ ਸਮੇਂ ਵਿੱਚ ਰਹਿ ਕੇ ਇਤਿਹਾਸ ਦਾ ਇੱਕ ਵਰਕ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਨ ਲੱਗਾ ਹਾਂ। ਉਸ ਤੋਂ ਪਹਿਲਾਂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ, ਯਥੇ ਸਮੇਤ ਫਤਿਹ ਅਰਜ਼ ਕਰਾਂਗਾ। ਆਪ ਯੋਗ ਗੁੱਤਰ ਦੇ ਕੇ ਧੰਨਵਾਦੀ ਬਣਾਉਣਾ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਇਤਿਹਾਸ ਦੇ ਵਰਕੇ ਨਾਲ ਜੁੜਨ ਦਾ ਯਤਨ ਕਰੀਏ ਸਤਸੰਗ ਜੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਬਹੁਤ ਛੋਟੇ ਜਿਹੇ ਘਰਾਣੇ ਵਿੱਚ ਉਹਨਾਂ ਦਾ ਜਨਮ ਹੋਇਆ। ਦਮਦਮੀ ਟਕਸਾਲ ਵਿੱਚ ਜਾ ਕੇ ਸੇਵਾ ਕਰਨੀ ਸ਼ੁਰੂ ਕੀਤੀ। ਸੇਵਾ ਕਰਦਿਆਂ ਕਰਦਿਆਂ ਇੰਨੀਆਂ ਬਖਸ਼ਿਸ਼ਾਂ ਹੋਈਆਂ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਜਦੋਂ ਸੱਚਖੰਡ ਪਿਆਨਾ ਕਰ ਜਾਂਦੇ ਆ ਤੇ ਜਥੇ ਦੇ ਸਿੰਘਾਂ ਦੇ ਵੱਲੋਂ ਜ਼ਿੰਮੇਵਾਰੀ ਕਿਹਨੂੰ ਬਖਸ਼ਿਸ਼ ਕੀਤੀ ਜਾਂਦੀ ਹੈ? ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੂੰ। ਇਸ ਜ਼ਿੰਮੇਵਾਰੀ ਨੂੰ ਸੰਭਾਲਦੇ ਹੋਇਆਂ ਗੁਰੂ ਪੰਥ ਦੀ ਉਹਨਾਂ ਨੇ ਮਹਾਨ ਸੇਵਾ ਕੀਤੀ। ਨੌਜਵਾਨਾਂ ਨੂੰ ਨਸ਼ਿਆਂ ਵਾਲੇ ਬੰਨਿਓਂ ਤੋੜ ਕੇ ਗੁਰਮਤ ਵਾਲੇ ਬੰਨੇ ਜੋੜਿਆ। ਗੁਰੂ ਕੀ ਪਿਆਰੀ ਸੰਗਤ ਨੂੰ ਪ੍ਰੇਰ ਕੇ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਦਮੀਆਂ ਪਖੰਡੀਆਂ ਵਾਲੇ ਬੰਨਿਓ ਮੋੜ ਕੇ ਗੁਰਮਤ ਵਾਲੇ ਬੰਨੇ ਲੈ ਕੇ ਆਏ। ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਸੀ ਪਿੰਡਾਂ ਦੇ ਵਿੱਚ ਤੇ ਸੰਗਤਾਂ ਬਹੁਤ ਵੱਡੇ ਪੱਧਰ ਤੇ ਮਹਾਂਪੁਰਸ਼ਾਂ ਦੀ ਸੰਗਤ ਕਰਦੀਆਂ ਔਰ ਅੰਮ੍ਰਿਤ ਛਕ ਕੇ ਉਹ ਜਿਹੜੀ ਫਲਵਾੜੀ ਹੈ ਸਿੱਖੀ ਦੀ ਉਸ ਨੂੰ ਪ੍ਰਫੁੱਲਿਤ ਕਰਦੀਆਂ। ਇਹ ਗੱਲਾਂ ਜਿਹੜੀਆਂ ਸਨ ਉਹ ਗੁਰੂ ਪੰਥ ਦੇ ਦੋਖੀਆਂ ਨੂੰ ਚੰਗੀਆਂ ਨਹੀਂ ਸਨ ਲੱਗਦੀਆਂ। ਆਪ ਜਾਣਦੀ ਹੋ ਕਿ 1947 ਦੇ ਵਿੱਚ ਜਿੱਦਾਂ ਦੇਸ਼ ਸਾਡਾ ਆਜ਼ਾਦ ਹੋਇਆ ਗੋਰਿਆਂ ਤੋਂ, ਉਸ ਪਿੱਛੋਂ ਸਿੱਖਾਂ ਨਾਲ ਸਦਾ ਹੀ ਵਿਤਕਰਾ ਹੁੰਦਾ ਰਿਹਾ, ਅੱਜ ਦੇ ਦਿਨ ਤੱਕ ਹੋ ਰਿਹਾ। ਇਸ ਪੜਾਅ ਦੇ ਨੌਜਵਾਨ ਵੀਰ ਮੈਨੂੰ ਕਹਿ ਰਹੇ ਸਨ ਕਿ ਅਜੋਕੇ ਯੁੱਗ ਦੇ ਅੰਦਰ ਵੀ ਜੋ ਕੁਛ ਸਾਡੇ ਨਾਲ ਵਧੀਕੀਆਂ ਉਹਦੇ ਬਾਰੇ ਵੀ ਆਪਾਂ ਚਾਨਣਾ ਪਾਉਣ ਦਾ ਯਤਨ ਕਰਨਾ। ਅੱਜ ਦੇ ਦਿਨਾਂ ਦੇ ਵਿੱਚ ਆਈ ਜੋ ਕਿ ਯੁੱਗ ਅੰਦਰ ਜਿਸ ਅਸੀਂ ਵੇਖਦੇ ਹਾਂ, ਜਦੋਂ ਵੇਖਦੇ ਹਾਂ ਦੋ ਤਰੀਕਿਆਂ ਨਾਲ ਸਾਨੂੰ ਮਾਰ ਮਾਰੀ ਜਾ ਰਹੀ ਹੈ। ਇੱਕ ਤਾਂ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਹਰ ਗਲੀ ਦੇ ਵਿੱਚ ਨਸ਼ਾ ਖੁੱਲ੍ਹੇਆਮ ਵਿਕ ਰਿਹਾ। ਮੈਨੂੰ ਮਾਫ਼ ਕਰ ਦਿਓ, ਗੱਲ ਸੱਚੀ ਹੈ, ਨਸ਼ਾ ਵਿਕਦਾ ਹੈ। ਹਕੂਮਤਾਂ ਚੁੱਪ ਕਰਕੇ ਵੇਖਦੀਆਂ ਤੇ ਨੌਜਵਾਨੀ ਸਾਡੀ ਉਸ ਨਸ਼ਿਆਂ ਦੇ ਹੜ੍ਹ ਦੇ ਵਿੱਚ ਡੁੱਬਦੀ ਤੁਰੀ ਜਾਂਦੀ ਹੈ। ਅਗਰ ਮੈਂ ਗੱਲ ਵਧਾ ਚੜਾ ਕੇ ਨਾ ਕਹਾਂ, ਮੈਂ ਮਹਿਸੂਸ ਕਰਦਾ ਕਿ ਪੰਜਾਬ ਦੇ ਹਰ ਘਰ ਨੂੰ ਇਸ ਅੱਗ ਦਾ ਸੇਕ ਜ਼ਰੂਰ ਲੱਗਾ ਕਿਤੇ ਨਾ ਕਿਤੇ। ਪੰਜ ਦਰਿਆ ਸਨ ਸਾਡੇ ਕੋਲ, ਉਹ ਸਾਡੇ ਕੋਲੋਂ ਖੋਏ ਗਏ। ਨਸ਼ਿਆਂ ਦਾ ਛੇਵਾਂ ਦਰਿਆ ਵਗਾਇਆ ਗਿਆ ਜਿਹਦੇ ਵਿੱਚ ਸਾਡੀ ਜਵਾਨੀ ਡੁੱਬਦੀ ਪਈ ਹੈ। ਫਿਰ ਸਾਡੇ ਆਰਥਿਕ ਪੱਖ ਤੋਂ ਸਾਨੂੰ ਕਮਜ਼ੋਰ ਕਰਨ ਬਦਲੇ ਸਮੇਂ ਸਮੇਂ ਦੇ ਉੱਤੇ ਹਾਕਮਾਂ ਦੇ ਵੱਲੋਂ ਕਦੀ ਕੋਈ ਕਿਸੇ ਤਰ੍ਹਾਂ ਦਾ ਕਾਨੂੰਨ ਬਣਾ ਦਿੱਤਾ ਜਾਂਦਾ, ਕਦੀ ਕੋਈ ਕਿਸੇ ਤਰ੍ਹਾਂ ਦਾ ਕਾਨੂੰਨ ਬਣਾ ਦਿੱਤਾ ਜਾਂਦਾ। ਉਹ ਸਾਡੀਆਂ ਜ਼ਮੀਨਾਂ ਸਾਡੇ ਕੋਲ ਖੋਰਾਂ ਚਾਹੁੰਦੇ ਆ। ਔਰ ਇਹਨਾਂ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਜਦੋਂ ਅਸੀਂ ਸੜਕਾਂ ਦੇ ਉੱਤੇ ਬਹਿ ਕੇ ਸ਼ਾਂਤਮਈ ਤਰੀਕੇ ਨਾਲ ਵਿਰੋਧ ਦਰਜ ਕਰਦੇ ਹਾਂ, ਸਾਡੇ ਨੌਜਵਾਨ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ, ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ। ਆ ਸ਼ੰਭੂ ਬਾਰਡਰ ਤੇ ਜੋ ਕੁਝ ਹੋਇਆ ਤੁਸੀਂ ਆਪਣੀ ਅੱਖਾਂ ਨਾਲ ਵੇਖਿਆ, ਕੋਈ ਗੱਲ ਮੇਰੇ ਕੋਈ ਲੁਕੀ ਛੁਪੀ ਨਹੀਂ ਹੈਗੀ। ਅੱਥਰੂ ਗੈਸ ਤੇ ਗੋਲੇ ਹਜ਼ਾਰਾਂ ਦੀ ਗਿਣਤੀ ਵਿੱਚ
ਕਿਸਾਨਾਂ ਦੇ ਉੱਤੇ ਸੁੱਟੇ ਗਏ, ਫਾਇਰਿੰਗ ਹੋਈ ਹੈ, ਨੌਜਵਾਨ ਸ਼ਹੀਦ ਹੋਏ ਨੇ। ਦੋਵੇਂ ਪੱਖ ਤੋਂ ਸਾਨੂੰ ਕਮਜ਼ੋਰ ਕੀਤਾ ਜਾ ਰਿਹਾ, ਹਰ ਪੱਖ ਤੋਂ ਸਾਨੂੰ ਲਤਾੜਿਆ ਜਾ ਰਿਹਾ। ਔਰ ਸੱਚ ਜਾਣੇ ਉਹ ਭਾਵੇਂ ਮੁਗਲਾਂ ਦਾ ਦੌਰ ਆਇਆ, ਚਾਹੇ ਗੋਰਿਆਂ ਨੇ ਆ ਕੇ ਸਾਡੇ ਦੇਸ਼ ਨੂੰ ਗੁਲਾਮ ਬਣਾਇਆ, ਸਾਡੇ ਤੇ ਰਾਜ ਕੀਤਾ, ਗੋਰਿਆਂ ਦੀ ਥਾਂ ਤੇ ਚਲੇ ਗਿਆ, ਕਾਲੇ ਅੰਗਰੇਜ਼ ਆ ਕੇ ਬਹਿ ਗਏ, ਉਹ ਜਿਹੜੀ ਨੀਤੀ ਸਿੱਖਾਂ ਨੂੰ ਦਬਾਉਂਦੀ ਸੀ ਉਦੋਂ ਤੋਂ, ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਉਸੇ ਤਰ੍ਹਾਂ ਚੱਲਦੀ ਤੁਰੀ ਜਾਂਦੀ ਹੈ। ਸਰਕਾਰਾਂ ਬਦਲਦੀਆਂ ਰਹੀਆਂ ਨੇ ਪਰ ਸਿੱਖਾਂ ਦੇ ਪ੍ਰਤੀ ਨੀਤੀ ਨਹੀਂ ਬਦਲੀ ਗਈ। ਦਾਸਤਾਂ ਅਖਰ ਲਿਖੇ ਸਨ ਕਿ ਉਹੀ ਕੌੜਾ ਜ਼ਹਿਰ ਤੋਂ ਵੱਧ ਕੇ, ਬਸ ਤਸਵੀਰ ਬਦਲ ਗਈ ਆ, ਫਰੇਮ ਉਹੀ ਅਕਲੀ ਤੇ ਟੰਗਿਆ, ਬਸ ਵਿਚਲੀ ਤਸਵੀਰ ਬਦਲ ਗਈ ਹੈ। ਅਜੇ ਆਜ਼ਾਦੀ ਔਖੀਆਂ ਬਾਤਾਂ ਗਲ ਵਿੱਚ ਪਈ ਹੋਈ ਜੰਜੀਰ ਬਦਲ ਗਈ ਹੈ, ਤਰਸੇਮ ਮਲਮ ਹੈ ਕਿਸਨੇ ਲਾਉਣੀ, ਲੂਣ ਛਿੜਕ ਕੇ ਜ਼ਖਮਾਂ ਤੇ ਬੱਧੀ ਪਾਟੀ ਲੀਰ ਬਦਲ ਗਈ ਹੈ। ਇਹ ਪਾਟੀਆਂ ਲੀਰਾਂ ਵਰਗੀਆਂ ਸਰਕਾਰਾਂ ਆਈਆਂ ਜਿਨ੍ਹਾਂ ਤੋਂ ਅਸੀਂ ਕੋਈ ਵੱਡੀ ਉਮੀਦ ਨਹੀਂ ਰੱਖ ਸਕਦੇ। ਵੀਰ ਅੰਮ੍ਰਿਤਪਾਲ ਨੂੰ ਜੇਲ੍ਹ ਵਿੱਚ ਬੰਦ ਕਰਕੇ ਅਸਾਮ ਸੁੱਟਿਆ ਗਿਆ, ਪਰਿਵਾਰ ਭੁੱਖ ਹੜਤਾਲ ਦੇ ਉੱਤੇ ਬੈਠਾ, ਨਾ ਜਾਣੇ ਉਹਨਾਂ ਨਾਲ ਵੀ ਕੀ ਬੀਤੇ। ਹਰ ਪੱਖ ਤੋਂ ਸਾਨੂੰ ਲਤਾੜਿਆ ਜਾ ਰਿਹਾ ਔਰ ਸੱਚ ਜਾਣੇ ਉਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਵਕਤ ਵਿੱਚ ਜਦੋਂ ਕੌਮ ਨੂੰ ਹਰ ਪੱਖ ਤੋਂ ਲਤਾੜਿਆ ਜਾ ਰਿਹਾ ਸੀ ਤੇ ਸੰਤ ਵੇਖ ਕੇ ਬਰਦਾਸ਼ਤ ਨਾ ਕਰ ਸਕੇ। ਦਮਦਮੀ ਟਕਸਾਲ ਨੇ ਇਹ ਮਨ ਪੱਕਾ ਕਰ ਲਿਆ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਐਲਾਨ ਕਰ ਦਿੱਤਾ ਕਿ ਕੌਮ ਦੀ ਹੱਕ ਦੀ ਆਵਾਜ਼ ਅਸੀਂ ਉਠਾਵਾਂਗੇ, ਜਿਹਦਾ ਇਹ ਨਤੀਜਾ ਨਿਕਲਿਆ ਉਸ ਵੇਲੇ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਇਹ ਢਿੱਡੋ ਦਮਦਮੀ ਟਕਸਾਲ ਨਾਲ ਖਾਰ ਰੱਖਣ ਲੱਗ ਪਈ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਜੋ ਕੌਮ ਦੀ ਸੁੱਤੀ ਹੋਈ ਅਣਖ ਤੇ ਗੈਰਤ ਨੂੰ ਜਗਾਇਆ ਸੀ, ਇਸ ਵੇਖ ਕੇ ਬਰਦਾਸ਼ਤ ਨਾ ਕਰ ਸਕੀ। ਇੱਕ ਦਿਨ ਬੀਬੀ ਫੌਜੀ ਹਾਕਮਾਂ ਨੂੰ ਸੱਦ ਕੇ ਇੱਕ ਮੀਟਿੰਗ ਬੁਲਾਉਂਦੀ ਹੈ ਤੇ ਜਿਸ ਮੀਟਿੰਗ ਦੇ ਵਿੱਚ ਸਿੱਖਾਂ ਵੱਲੋਂ ਜਿਹੜੀ ਇਹ ਆਵਾਜ਼ ਉਠਾਈ ਜੀ ਇਹਨੂੰ ਸਦਾ ਵਾਸਤੇ ਦੱਬਣ ਵਾਸਤੇ ਇਹ ਪਲੈਨਿੰਗਾਂ ਕਰਦੀ ਹੈ, ਸੱਦ ਕੇ ਫੌਜੀ ਹਾਕਮਾਂ ਨੂੰ ਕੀ ਕਹਿ ਰਹੀ ਸੀ ਉਹ ਤੱਕੋ ਜ਼ਰਾ, ਉਸ ਵੇਲੇ ਦਾ ਨਕਸ਼ਾ ਹੈ, ਦੱਸਦਾ ਢੱਡ ਜਿਹਾ ਸਾਹਿਬ ਜੀ ਚਰਨਾਂ ਵਿੱਚ ਹੈ।
ਆਸ਼ੀਰਵਾਦ ਦੇ ਭਲੇ ਦੀ ਅਰਦਾਸ ਕਰੋ। ਸਾਰੀ ਸੰਗਤ ਕਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੈਂ ਇਤਿਹਾਸ ਦੇ ਵਰਕਿਆਂ ਨਾਲ ਆਪ ਜੀ ਨੂੰ ਜੋੜਨ ਦਾ ਯਤਨ ਕਰਾਂ। ਬੀਬੀ ਇੰਦਰਾ ਗਾਂਧੀ ਨੇ ਫੌਜੀ ਹਾਕਮਾਂ ਨੂੰ ਸੱਦਿਆ ਕਿ ਕੇ ਐਸ ਬਰਾੜ ਜਨਰਲ ਵੈਦਿਆ ਇਸ ਤਰੀਕੇ ਨਾਲ ਮੀਟਿੰਗ ਬੁਲਾ ਕੇ ਕਹਿਣ ਲੱਗੀ, ਕਹਿੰਦੀ ਇੱਕੋ ਇੱਕ ਤਰੀਕਾ ਹੈ, ਇਹ ਜਿਹੜਾ ਮੁਖੀ ਆ ਨਾ ਸੰਤ ਗਿਆਨੀ ਜਰਨੈਲ ਸਿੰਘ, ਇਹ ਰੁਪਈਆਂ ਨਾਲ ਨਹੀਂ ਖਰੀਦਿਆ ਜਾ ਸਕਦਾ, ਇਹਨਾਂ ਨੂੰ ਇਹ ਪੈਸਾ ਤੇ ਵਿਕਣ ਨਹੀਂ ਲੱਗਾ। ਬਾਕੀ ਜਿਹੜੇ ਲੀਡਰ ਭਾਵੇਂ ਸਾਰੇ ਖਰੀਦ ਲਈਏ ਮਾਇਆ ਤੇ ਡੁੱਲ ਜਾਣਗੇ, ਪਰ ਇਹਨੇ ਨਹੀਂ ਵਿਕਣਾ ਕਿਉਂਕਿ ਸਾਧੂ ਆ। ਰਾਜਨੀਤਿਕ ਲੀਡਰ ਨੂੰ ਖਰੀਦਿਆ ਜਾ ਸਕਦਾ, ਪਰ ਜਿਹੜਾ ਸਾਧੂ ਆ ਨਾ ਸਾਧੂ ਨਹੀਂ ਖਰੀਦਿਆ, ਸਾਧੂ ਵਿਕਦਾ ਨਹੀਂ ਪੈਸਿਆਂ ਦੇ ਉੱਤੇ। ਇੰਦਰਾ ਗਾਂਧੀ ਜਾਣ ਗਈ ਸੀ ਇਸ ਗੱਲ ਨੂੰ, ਉਹਨੇ ਆਖਿਆ ਬਾਬਾ ਵਿਕੂਗਾ ਨਹੀਂ, ਬਾਬੇ ਨੂੰ ਖਤਮ ਕਰਨਾ ਪੈਣਾ, ਰਾਹ ਚ ਹਟਾਉਣਾ ਪੈਣਾ। ਹੁਣ ਇਸ ਗੱਲ ਦਾ ਉਹਨੂੰ ਪਤਾ ਸੀ ਕਿ ਕੋਈ ਛੋਟੀ ਮੋਟੀ ਫੌਜ ਭੇਜ ਕੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ, ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਮਿਲਟਰੀ ਨੇ ਤਿਆਰੀ ਕੀਤੀ, ਪੰਜਾਬ ਨੂੰ ਘੇਰਾ ਪਾਇਆ, ਪੰਜਾਬ ਦੇ ਚੱਪੇ ਚੱਪੇ ਦੇ ਉੱਤੇ ਮਿਲਟਰੀ ਨੇ ਆਪਣਾ ਕਬਜ਼ਾ ਕਰ ਲਿਆ, ਕਰਫਿਊ ਲਗਾ ਦਿੱਤਾ ਗਿਆ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਤਿਆਰੀਆਂ ਕਰ ਰਹੇ ਸਨ, ਉਹ ਤਾਂ ਪਹਿਲਾਂ ਹੀ ਕਹਿੰਦੇ ਸਨ ਕਿ ਮੈਂ ਬੈਠਾ ਹਾਂ ਅਕਾਲ ਤਖ਼ਤ ਸਾਹਿਬ, ਮੈਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਆਸਰਾ ਤੱਕ ਕੇ ਧਰਮ ਯੁੱਧ ਦਾ ਐਲਾਨ ਕੀਤਾ ਹੈ, ਜਿੰਨਾ ਚਿਰ ਰਗਾਂ ਵਿੱਚ ਲਹੂ ਚੱਲਦਾ, ਜਿੰਨਾ ਚਿਰ ਸਵਾਸ ਚੱਲਦੇ ਨੇ, ਕੋਈ ਮੈਨੂੰ ਇੱਥੋਂ ਲਿਜਾ ਨਹੀਂ ਸਕਦਾ ਗ੍ਰਿਫਤਾਰ ਕਰਕੇ, ਜਿੰਨਾ ਚਿਰ ਜਿਉਂਦਾ ਹਾਂ ਲੜਾਂਗਾ, ਉਹਨਾਂ ਚਿਰ ਕੋਈ ਨਾ ਮੈਨੂੰ ਖੜ ਸਕੇਗਾ, ਜਦੋਂ ਸ਼ਹੀਦ ਹੋ ਕੇ ਮੈਂ ਧਰਤੀ ਦੇ ਉੱਤੇ ਡਿੱਗਿਆ, ਜਿਹੜੀ ਉਹ ਮਿੱਟੀ ਪਈ ਹੋਊਗੀ ਨਾ, ਉਹਦੇ ਉੱਤੇ ਮੇਰਾ ਕੋਈ ਦਾਵਾ ਨਹੀਂ, ਜਿਹੜਾ ਮਰਜ਼ੀ ਚੁੱਕ ਕੇ ਲੈ ਜਾਏ, ਪਰ ਜਿੰਨਾ ਚਿਰ ਮੈਂ ਜਿਉਂਦਾ ਹਾਂ ਉਹਨਾਂ ਚਿਰ ਮੈਂ ਵਿਕਾਂਗਾ ਨਹੀਂ, ਮੈਂ ਕਿਸੇ ਸਾਹਮਣੇ ਝੁਕਾਂਗਾ ਨਹੀਂ, ਮੈਨੂੰ ਕੋਈ ਖਰੀਦ ਨਾ ਸਕੇਗਾ। ਉਹ ਕਿਆ ਕਰਦੇ ਸਨ, ਮੈਂ ਸਰੀਰ ਤੇ ਮਰਨੇ ਨੂੰ ਮੌਤ ਨਹੀਂ ਕਹਿੰਦਾ, ਮੈਂ ਜ਼ਮੀਰ ਤੇ ਮਰਨੇ ਨੂੰ ਮੌਤ ਕਹਿੰਦਾ ਹਾਂ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤਿਆਰੀ ਕਰਕੇ ਬੈਠੇ ਸਨ, ਆਓ ਤੱਕੋ ਜਿਹੜਾ ਦੁਸ਼ਮਣ ਨੇ ਘੇਰਾ ਪਾਉਣਾ ਸ਼ੁਰੂ ਕੀਤਾ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਵੀ ਖਬਰਾਂ ਪਹੁੰਚ ਰਹੀਆਂ ਸਨ, ਗੁਰਮੁਖ ਪਿਆਰਿਆਂ ਨੇ ਆ ਕੇ ਦੱਸਿਆ, ਸੰਤ ਜੀ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਹੁਤ ਵੱਡੀ ਫੌਜ ਭੇਜੀ ਹੈ ਪੰਜਾਬ ਨੂੰ, ਚੱਪੇ ਚੱਪੇ ਦੇ ਉੱਤੇ ਪੈਰਾ ਹੈ, ਨਾ ਜਾਣੇ ਆਉਣ ਵਾਲੇ ਵਕਤ ਵਿੱਚ ਕੀ ਹੋਵੇਗਾ। ਆਓ ਤੱਕੋ ਜਰਾ ਉਸ ਵੇਲੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਕੋਲ ਖਬਰਾਂ ਨੇ। Thank you.
ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਕੋਲ ਖਬਰਾਂ ਪਹੁੰਚ ਰਹੀਆਂ ਸੀ। ਤਿਆਰੀ ਗੌਰਮੈਂਟ ਦੀ ਕਿਸ ਤਰ੍ਹਾਂ ਦੀ ਸੀ ਤੁਸੀਂ ਸਰਵਨ ਕਰ ਚੁੱਕੇ ਹੋ। ਇਸ ਤਰੀਕੇ ਨਾਲ ਪੰਜਾਬ ਤੇ ਫੌਜ ਚੜਾਈ ਗਈ ਜਿਵੇਂ ਦੁਸ਼ਮਣ ਦੇਸ਼ ਦੇ ਉੱਤੇ ਹਮਲਾ ਕਰਨਾ ਹੋਵੇ। ਅੰਮ੍ਰਿਤਸਰ ਵਿੱਚ ਲਿਆ ਕੇ ਟੈਂਕ ਖਿਲਾਰੇ ਗਏ, ਤੋਪਾਂ ਖਿਲਾਰੀਆਂ ਗਈਆਂ। ਉਹਨਾਂ ਦਿਨਾਂ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹਾਦਤ ਦਿਹਾੜਾ ਸੰਗਤਾਂ ਮਨਾਉਣ ਵਾਸਤੇ ਅੰਮ੍ਰਿਤਸਰ ਵਿੱਚ ਪਹੁੰਚੀ ਹੋਈਆਂ ਸਨ। ਹਾਕਮਾਂ ਦੇ ਵੱਲੋਂ ਜਾਨ ਬੁੱਝ ਕੇ ਉਹ ਦਿਨ ਚੁਣਿਆ ਗਿਆ, ਕਿਉਂਕਿ ਸਿੱਖਾਂ ਤੋਂ ਬਿਨਾਂ ਹਿੰਦੁਸਤਾਨ ਦੇ ਵਿੱਚ ਕੋਈ ਵੀ ਸਰਕਾਰ ਦੇ ਸਾਹਮਣੇ ਸਿਰ ਨਹੀਂ ਸੀ ਚੁੱਕਦਾ। ਤੇ ਕੇਐਸ ਬਰਾੜ ਜਦੋਂ ਕਿਤਾਬ ਲਿਖਦਾ ਨਾ ਆਪਰੇਸ਼ਨ ਬਲੂ ਸਟਾਰ, ਉਹਦੇ ਵਿੱਚ ਉਹ ਲਿਖਦਾ ਕਿ ਬੀਬੀ ਚਾਹੁੰਦੀ ਵੀ ਸਿੱਖਾਂ ਨੂੰ ਸਬਕ ਸਿਖਾਇਆ ਜਾਏ, ਅੱਜ ਤੋਂ ਬਾਅਦ ਸਿਰ ਨਾ ਚੁੱਕ ਸਕਣ। ਇਸ ਵਾਸਤੇ ਉਹ ਹਥਿਆਰਬੰਦ ਸਿੰਘਾਂ ਨਾਲ ਮੁਕਾਬਲਾ ਕਰਨ ਦੀ ਬਜਾਏ ਉਹ ਚਾਹੁੰਦੀ ਸੀ ਕਿ ਸਿੱਖ ਸੰਗਤਾਂ ਵੀ ਇਸ ਘੇਰੇ ਦੇ ਵਿੱਚ ਆ ਜਾਣ ਤਾਂ ਜੋ ਸਿੱਖਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਜਾਏ। ਤੋ ਸਾਧ ਸੰਗਤ ਜੀ ਕੀਤਾ ਕੀ ਗਿਆ, ਸੰਗਤਾਂ ਦਰਸ਼ਨ ਕਰਨ ਵਾਸਤੇ ਜਦੋਂ ਗਈਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹਾਦਤ ਦਾ ਦਿਹਾੜਾ ਮਨਾਉਣ ਵਾਸਤੇ ਦਰਬਾਰ ਸਾਹਿਬ ਪਹੁੰਚੀਆਂ, ਸੰਗਤਾਂ ਜਦੋਂ ਆ ਰਹੀਆਂ ਸਨ ਤਾਂ ਸੰਗਤਾਂ ਨੂੰ ਨਹੀਂ ਰੋਕਿਆ ਗਿਆ। ਜਦੋਂ ਸੰਗਤਾਂ ਸਾਰੀਆਂ ਆ ਗਈਆਂ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ। ਕੇਐਸ ਬਰਾੜ ਲਿਖਦਾ 30 ਮਈ ਵਾਲੇ ਦਿਨ ਮਾਫ ਕਰਨਾ, ਕਹਿੰਦਾ ਅਸੀਂ ਛੋਟੇ ਹਥਿਆਰਾਂ ਦੇ ਨਾਲ ਜਦੋਂ ਫਾਇਰ ਕੀਤਾ ਤੇ ਅਸੀਂ ਵੇਖਣਾ ਚਾਹੁੰਦੇ ਵੀ ਜਿਹੜੇ ਅੰਦਰ ਸਿੰਘ ਬੈਠੇ ਇਹਨਾਂ ਕੋਲ ਹਥਿਆਰ ਕਿਹੋ ਜਿਹੇ। ਫਾਇਰਿੰਗ ਗੋਰਾਬਾਰੀ ਸ਼ੁਰੂ ਕਰ ਦਿੱਤੀ ਗਈ ਸੀ ਇਹ ਜਾਂਚਣ ਵਾਸਤੇ ਕਿ ਦੁਸ਼ਮਣ ਕੋਲ ਹਥਿਆਰ ਕਿਹੋ ਜਿਹੇ ਨੇ। ਬੜੀ ਵਿਉਂਤਬੰਦੀ ਨਾਲ ਤਿਆਰੀ ਕੀਤੀ ਗਈ ਸੀ ਤੇ ਸਾਧ ਸੰਗਤ ਜੀ ਅੰਦਰ ਇਸ ਜੰਗ ਦੀ ਕਮਾਨ ਕੌਣ ਕਰ ਰਿਹਾ ਸੀ, ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਵੱਲੇ ਮੰਨਿਓ, ਸਿੰਘਾਂ ਦੇ ਵੱਲੇ ਮੰਨਿਓ, ਉਹ ਸੀ ਜਰਨਲ ਸ਼ਬੇਕ ਸਿੰਘ, ਉਹ ਵੀ ਹੰਡਿਆ ਵਰਤਿਆ ਜਰਨੈਲ ਸੀ। ਉਹਨੇ ਵੀ ਆਪਣੇ ਨਾਲ ਦੇ ਸਾਥੀਆਂ ਨੂੰ ਇਹ ਗੱਲ ਸਿਖਾਈ ਸੀ ਕਿ ਬਿਨਾਂ ਕਿਸੇ ਕਾਰਨ ਦੇ ਆਪਾਂ ਦੁਸ਼ਮਣ ਦੇ ਉੱਤੇ ਵਾਰ ਨਹੀਂ ਕਰਨਾ। ਕੇਐਸ ਬਰਾੜ ਲਿਖਦਾ ਕਹਿੰਦਾ ਅਸਲ ਵਿੱਚ ਉਹ ਸਾਡਾ ਉਸਤਾਦ ਸੀਗਾ, ਅਸੀਂ ਚਾਹੁੰਦੇ ਸਾਂ ਕਿ ਸਿੱਖ ਦੱਸਣ ਕਿ ਅੰਦਰ ਹਥਿਆਰ ਕਿਹੋ ਜਿਹੇ ਨੇ, ਚਲਾਉਣ ਤੇ ਸਾਨੂੰ ਪਤਾ ਲੱਗੇ। ਕਹਿੰਦਾ ਅਸੀਂ ਅੱਗੋਂ ਬਾਹਰੋਂ ਫਾਇਰ ਕਰਦੇ ਰਹੇ, ਉਹ ਅੰਦਰੋਂ ਦਨਾਲੀਆਂ ਬੰਦੂਕਾਂ ਨਾਲ ਸਾਨੂੰ ਜਵਾਬ ਦਿੰਦੇ ਸਨ ਤੇ ਅਸੀਂ ਬੜੇ ਖੁਸ਼ ਸਾਂ ਕਿ ਜਿਹੜੇ ਅੰਦਰ ਸਿੰਘ ਬੈਠੇ ਨੇ ਇਹਨਾਂ ਕੋਲ ਬਹੁਤ ਛੋਟੇ ਹਥਿਆਰ ਨੇ ਤੇ ਅਸੀਂ ਹੱਥੋ ਹੱਥੀ ਜਾ ਕੇ ਸਿੱਖਾਂ ਨੂੰ ਗ੍ਰਿਫਤਾਰ ਕਰ ਲਵਾਂਗੇ। ਪਰ ਅੰਦਰ ਜਿਹੜੇ ਸਿੰਘ ਬੈਠੇ ਸਨ ਉਸ ਜਰਨਲ ਸ਼ਬੇਕ ਸਿੰਘ ਦੀ ਕਮਾਂਡ ਥੱਲੇ ਲੜ ਰਹੇ ਸਨ, ਜੋ ਹੰਡਿਆ ਵਰਤਿਆ ਜਰਨੈਲ ਸੀ। 1971 ਦੀ ਜੰਗ ਵਿੱਚ ਉਹਨੇ ਭਾਰਤ ਸਰਕਾਰ ਨੂੰ ਜੰਗ ਜਿੱਤ ਕਰਵਾਈ, ਜਿੱਤ ਦਵਾਈ ਸੀ ਉਸ ਜੰਗ ਦੇ ਵਿੱਚ, ਉਹਦਾ ਬਹੁਤ ਵੱਡਾ ਯੋਗਦਾਨ ਸੀਗਾ। ਸ਼ਬੇਕ ਸਿੰਘ ਨੇ ਬੜੇ ਤਰੀਕੇ ਨਾਲ ਮੋਰਚਾਬੰਦੀ ਕੀਤੀ ਸੀ। ਜਦੋਂ ਆਪਾਂ ਇਤਿਹਾਸ ਨੂੰ ਵਿੜਦੇ ਤੇ ਆਹ ਜਿਹੜੇ ਸਾਡੇ ਪਿੰਡ ਆ ਨਾ, ਇਹਨਾਂ ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਜੁਝਾਰੂ ਸਿੰਘ ਉਸ ਜੰਗ ਦੇ ਵਿੱਚ ਗੁਰਧਾਮ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਖਾਤਰ ਲੜ ਰਹੇ ਸਨ। ਜਥੇਦਾਰ ਬਾਬਾ ਹਰੀ ਸਿੰਘ ਜੀ ਜਦੋਂ ਮਿਲਦੇ ਨੇ ਤੁਹਾਡੇ ਨਗਰ ਵਿੱਚ ਆਈਏ, ਉਹ ਦੱਸਦੇ ਹੁੰਦੇ ਆ ਕਿ ਗਿਆਨੀ ਗੁਰਮੁਖ ਸਿੰਘ ਜੀ ਗੜਬਈ, ਉਹ ਵੀ ਸੰਤਾਂ ਦੇ ਨਾਲ ਉੱਥੇ ਸ਼ਹਾਦਤ ਦਾ ਬਾਟਾ ਛਕਦੇ ਆ, ਕਿਵੇਂ ਪਰਿਵਾਰਕ ਜਿਨ੍ਹਾਂ ਨੇ ਪਰਿਵਾਰ ਜਿਨ੍ਹਾਂ ਦੇ ਮੈਂਬਰ ਉਸ ਜੰਗ ਦੇ ਵਿੱਚ ਲੜ ਰਹੇ ਸਨ, ਅੱਜ ਵੀ ਜਦੋਂ ਅਸੀਂ ਉਹਨਾਂ ਨੂੰ ਇਤਿਹਾਸ ਸੁਣਾਉਂਦੇ ਉਹਦੀਆਂ ਅੱਖਾਂ ਦੇ ਵਿੱਚ ਉਥਰੂ ਕਿਰਦੇ ਨੇ। ਆਪਣੇ ਪਿਆਰਿਆਂ ਨੂੰ ਜਿਨ੍ਹਾਂ ਨੂੰ ਕੁਰਬਾਨ ਕੀਤਾ ਉਹਨਾਂ ਨੂੰ ਯਾਦ ਕਰਦਿਆਂ ਹਿਰਦੇ ਦੇ ਅੰਦਰ ਪਿਆਰ ਜਾਗਦਾ ਹੈ, ਸਨੇਹ ਜਾਗਦਾ ਹੈ। ਇਹਨਾਂ ਪਿੰਡਾਂ ਦੇ ਵਿੱਚੋਂ ਵੀ ਬਹੁਤ ਸਾਰੇ ਗੁਰਸਿੱਖ ਉਸ ਮੈਦਾਨੇ ਜੰਗ ਦੇ ਵਿੱਚ ਲੜ ਰਹੇ ਸਨ, ਗੁਰਧਾਮ ਦੀ ਪਵਿੱਤਰਤਾ ਕਾਇਮ ਰੱਖਣ ਬਦਲੇ। ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੀ ਦੇ ਸਾਥੀ ਜਰਨਲ ਸ਼ਬੇਕ ਸਿੰਘ
ਭਾਈ ਅਮਰੀਕ ਸਿੰਘ ਜੀ, ਆਲ ਇੰਡੀਆ ਸਿੱਖ ਸਟੂਡੈਂਟ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਸਨ, ਗਿਆਨੀ ਗੁਰਮੁਖ ਸਿੰਘ ਦੀ ਗੱਲ ਮੈਂ ਤੁਹਾਡੇ ਨਾਲ ਕਰ ਚੁੱਕਾ ਹਾਂ, ਬਾਬਰ ਖਾਲਸਾ ਉਹ ਵੀ ਟੈਂਕੀ ਵਾਲੇ ਪਾਸੇ ਮੋਰਚਾ ਬਣਾ ਕੇ ਬੈਠੇ ਹੋਏ ਸਨ। ਇਸ ਤਰੀਕੇ ਨਾਲ ਤਰਤੀਬ ਬਣਾਈ ਹੋਈ ਸੀ। 1 ਜੂਨ ਤੋਂ ਲੈ ਕੇ ਲੜਾਈ ਸ਼ੁਰੂ ਹੋ ਜਾਂਦੀ ਹੈ, ਫਿਰ ਆਉਂਦਾ 2 ਜੂਨ ਦਾ ਵਕਤ। ਜਿਉਂ ਜਿਉਂ ਸਮਾਂ ਗੁਜ਼ਰਦਾ ਜਾਂਦਾ ਤਿਉਂ ਤਿਉਂ ਕਰਨ ਜਨਰਲ ਕੁਲਦੀਪ ਬਰਾੜ ਲਿਖਦਾ, ਕਹਿੰਦਾ ਸਾਡਾ ਭੁਲੇਖਾ ਦੂਰ ਹੁੰਦਾ ਜਾਂਦਾ। ਵਾਰੋ ਵਾਰੀ ਫੌਜ ਅੰਦਰ ਭੇਜੀ ਜਾਂਦੀ ਹੈ ਤੇ ਜਿਉਂ ਜਿਉਂ ਸਾਡੀ ਫੌਜ ਅੰਦਰ ਜਾਂਦੀ ਹੈ, ਸਾਡੇ ਜਿਹੜੇ ਸਿਪਾਹੀ ਨੇ ਉਹ ਦੁਸ਼ਮਣ ਨਾਲ ਲੜਦੇ ਲੜਦੇ ਖਤਮ ਹੋਣੇ ਸ਼ੁਰੂ ਹੁੰਦੇ, ਮਰਨੇ ਸ਼ੁਰੂ ਹੋ ਜਾਂਦੇ। 3 ਜੂਨ ਵਾਲੇ ਦਿਨ ਕੁਲਦੀਪ ਬਰਾੜ ਲਿਖਦਾ, ਕਹਿੰਦਾ ਫਿਰ ਜਦੋਂ ਪਾਣੀ ਸੇਵ ਦਿਓ ਤੋਂ ਦੀ ਲੰਘ ਗਿਆ, ਅਸੀਂ ਕਮਾਂਡੋ ਬੁਲਾਈ, ਅਸੀਂ ਸੋਚਦੇ ਸਾਂ ਜ਼ਮੀਨ ਦੇ ਉੱਤੇ ਰਿੜ ਕੇ ਤਾਂ ਅਸੀਂ ਦਰਬਾਰ ਸਾਹਿਬ ਦੇ ਅੰਦਰ ਦਾਖਲ ਨਾ ਹੋ ਸਕਾਂਗੇ, ਕਿਉਂਕਿ ਜਨਰਲ ਸ਼ਬੇਕ ਸਿੰਘ ਨੇ ਬਰਾਂਡੇ ਦੇ ਨਾਲ ਨਾਲ ਜਿਹੜੇ ਕਮਰੇ ਸਨ ਉਹਨਾਂ ਦੇ ਵਿੱਚ ਛੋਟੇ ਸੁਰਾਖ ਕੱਢ ਕੇ ਦਨਾਲੀ ਬੰਦੂਕਾਂ ਜਾਂ ਦੂਸਰੀਆਂ ਆਟੋਮੈਟਿਕ ਹਥਿਆਰ ਸਨ ਉਹਨਾਂ ਦੀਆਂ ਨਾਲੀਆਂ ਬਾਹਰ ਕੱਢੀਆਂ ਹੋਈਆਂ ਸਨ। ਜ਼ਮੀਨ ਤੋਂ ਸਿਰਫ 4 ਇੰਚ ਉੱਚੀਆਂ 2 ਹੀ ਛੇਕ ਕੱਢੇ ਹੋਏ ਸਨ ਕਮਰਿਆਂ ਦੀ ਦੀਵਾਰ ਵਿੱਚ। ਇੱਕ ਸੁਰਾਖ ਦੇ ਥਾਣੀ ਨਾਲੀ ਨਿਕਲਦੀ ਸੀ ਤੇ ਦੂਜੇ ਸੁਰਾਖ ਥਾਣੀ ਜਿਹੜਾ ਸਿੰਘ ਅੰਦਰ ਚਲਾਉਣ ਵਾਲਾ ਸੀ ਨਾ, ਉਹ ਵੇਖਦਾ ਸੀ ਦੁਸ਼ਮਣ ਨੂੰ ਆਉਂਦੇ ਹੋਇਆਂ। ਕਹਿੰਦਾ ਅਸੀਂ ਰੇਂਗਦੇ ਹੋਏ ਅੰਦਰ ਜਾਂਦੇ ਸਾਂ ਤੇ ਗੋਲੀ 4 ਇੰਚ ਉੱਚੀ ਚੱਲਦੀ ਸੀ ਜ਼ਮੀਨ ਤੋਂ ਤੇ ਜਿਹਨੂੰ ਵੀ ਵੱਜਦੀ ਸੀ ਸਿਪਾਹੀ 2 ਫੁੱਟ ਉੱਚਾ ਬੁੜਕਦਾ ਸੀ ਜ਼ਮੀਨ ਤੇ ਡਿੱਗਦਾ ਸੀ ਤੇ ਉਹਦਾ ਸਰੀਰ ਠੰਡਾ ਹੋ ਜਾਂਦਾ ਸੀ। ਆਖਿਰਕਾਰ ਜਦੋਂ 3 ਜੂਨ ਦਾ ਵਕਤ ਆਇਆ, ਕਮਾਂਡੋ ਫੋਰਸ ਬੁਲਾਈ ਗਈ। ਇਹ ਉਮੀਦ ਸੀ ਕਿ ਹੈਲੀਕਾਪਟਰਾਂ ਦੇ ਰਾਹੀਂ ਫੌਜ ਨੂੰ ਦਰਬਾਰ ਸਾਹਿਬ ਦੇ ਜਿਹੜੇ ਕੰਪਲੈਕਸ ਨੇ ਪਾਸੇ ਬਿਲਡਿੰਗਾਂ ਨੇ ਉੱਥੇ ਉਤਾਰਿਆ ਜਾਏਗਾ ਤੇ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਕੀਤਾ ਜਾਏਗਾ। ਆਓ ਤੱਕ ਜਿਹੜਾ 3 ਜੂਨ ਵਾਲੇ ਦਿਨ ਜਿਵੇਂ ਘਮਾਸਾਨ ਦਾ ਯੋਧਾ ਮੱਚਿਆ ਸੀ ਉਸ ਵੇਲੇ ਦਾ ਨਕਸ਼ਾ ਦੱਸਦਾ ਢੱਡ ਦਿੱਤਾ।
ਸੱਠ ਬੱਦੇ ਉਹਨਾਂ ਨਾਲ ਬੈਠਦੇ ਮਾਰੂ ਕਰ ਲੇਟ ਦੀ ਸੱਠ ਸੱਠ ਬੱਦੇ ਉਹਨਾਂ ਨਾਲ ਬੈਠਦੇ ਮਾਰੂ ਕਰ ਲੇਟ ਦੀ ਵੇਖਿਆ ਜਦੋਂ ਨੇ ਸਿੰਘਾਂ ਨਾਲ ਬੈਠਦੇ ਆ ਗਏ ਮਾਰ ਹੇਠ ਦੀ ਵੇਖਿਆ ਸਿੰਘਾਂ ਨੇ ਜਦੋਂ ਥੋੜੀ ਦੂਰ ਦੀ ਆ ਗਏ ਮਾਰ ਹੇਠ ਦੀ ਸਾਰਾ ਇਤਿਹਾਸ ਬਿਆਨ ਕਰ ਦਿੱਤਾ। ਸਮਾਂ ਥੋੜਾ ਹੈ ਤੇ ਮੇਰਾ ਮਨ ਕੀਤਾ ਮੈਂ ਉਹ ਵਾਰ ਹੀ ਕਹਿ ਦਿਆਂ।
ਤੇ ਜਿਹੜੀ ਵਾਰ ਗਿਆਨੀ ਗੁਰਮੁਖ ਸਿੰਘ ਹੋਣਾ ਨੇ ਲਿਖੀ ਉਹ ਸਾਰਾ ਇਤਿਹਾਸ ਉਹਦੇ ਵਿੱਚ ਪਰੋ ਕੇ ਰੱਖ ਦਿੱਤਾ, ਜਿਹਨੂੰ ਕਹਿੰਦੇ ਆ ਨਾ ਸਮੁੰਦਰ ਨੂੰ ਕੁਝ ਇਹਦੇ ਵਿੱਚ ਪਾ ਦੇਣਾ, ਗਿਆਨੀ ਗੁਰਮੁਖ ਸਿੰਘ ਨੇ ਉਹ ਕੰਮ ਕਰਕੇ ਵਿਖਾਇਆ। ਤੋ ਇਸ ਵਾਸਤੇ ਮੈਂ ਇਹ ਆਖਰੀ ਵਾਰ ਕਹਿ ਕੇ ਖਿਮਾ ਦਾ ਜਾਚਕ ਹੋਵਾਂਗਾ। ਕਮਾਸਾਨ ਦਾ ਯੁੱਧ ਮਚਿਆ, ਆਖਰਕਾਰ ਸਾਰੇ ਸਿੰਘ ਲੜ ਕੇ ਸ਼ਹੀਦ ਹੋ ਜਾਂਦੇ, ਫੌਜ ਦਾ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਹੋ ਜਾਂਦਾ। ਫਿਰ ਵਾਰੀ ਆਉਂਦੀ ਹੈ ਸਿੱਖ ਸੰਗਤਾਂ ਦੀ, ਜਿਨ੍ਹਾਂ ਦੇ ਹੱਥਾਂ ਵਿੱਚ ਕੋਈ ਹਥਿਆਰ ਵੀ ਨਹੀਂ ਸਨ। ਜ਼ਾਲਮਾਂ ਨੇ ਉਹਨਾਂ ਨੂੰ, ਬੱਚਿਆਂ ਨੂੰ ਵੀ ਫੜ ਫੜ ਕੇ ਮਾਵਾਂ ਦੀਆਂ ਗੋਦੀਆਂ ਚੋਂ ਖਿੱਚ ਕੇ ਕੰਧਾਂ ਨਾਲ ਮਾਰ ਮਾਰ ਕੇ ਸ਼ਹੀਦ ਕੀਤਾ। ਇਹ ਸਾਰਾ ਕਹਿਰ ਹੋਇਆ। ਆਓ ਤੱਕੋ ਜਰਾ ਗਿਆਨੀ ਗੁਰਮੁਖ ਸਿੰਘ ਜੀ ਕਿਵੇਂ ਸ਼ਬਦਾਂ ਵਿੱਚ ਪਰੋ ਰਹੇ ਨੇ। ਉਹ ਲਿਖਦੇ ਨੇ, ਕਹਿੰਦੇ ਜਦੋਂ ਸਾਰਾ ਕੁਝ ਹੋ ਗਿਆ ਨਾ, ਕਰਫਿਊ ਖੁੱਲਾ, ਇੱਕ ਧੀ ਵੇਖਣ ਵਾਸਤੇ ਆਈ ਆਪਣੇ ਭਰਾ ਦੇ ਨਾਲ, ਭੈਣ ਭਰਾ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਆਏ। ਜਦੋਂ ਦਰਸ਼ਨ ਕੀਤੇ ਹਿਰਦਾ ਵਲੂੰਦਰਿਆ ਗਿਆ, ਤੇ ਜਾ ਕੇ ਨਾ ਘਰੇ ਜਾ ਕੇ ਮਾਂ ਨੂੰ ਦੱਸਿਆ, ਆਖਿਆ ਮਾਂ ਅਸੀਂ ਵੇਖ ਕੇ ਆਏ ਹਾਂ, ਬੜਾ ਕਹਿਰ ਕੀਤਾ ਸਰਕਾਰ ਨੇ, ਪਰ ਕਰਮਾਂ ਦੇ ਵਿੱਚ ਲਹੂ ਹੀ ਲਹੂ ਖਿਲ ਰਿਹਾ ਪਿਆ। ਅੰਮ੍ਰਿਤ ਸਰੋਵਰ ਜਿਵੇਂ ਆਬੇ ਹਯਾਤ ਦਾ ਚਸ਼ਮਾ, ਜਿੱਥੋਂ ਜੇ ਕੋੜੇ ਵੀ ਇਸ਼ਨਾਨ ਕਰਦੇ ਸਨ ਤੇ ਉਹ ਜਿਹੜੇ ਰੋਗੀ ਸਨ ਤੰਦਰੁਸਤ ਹੋ ਜਾਂਦੇ ਸਨ, ਉਹਦੇ ਵਿੱਚ ਖੂਨ ਨਜ਼ਰ ਆ ਰਿਹਾ। ਆਓ ਤੱਕੋ ਜਰਾ ਮਾਂ ਨੂੰ ਜਾ ਕੇ ਕਿਵੇਂ ਰੋਂਦਿਆਂ ਹੋਇਆ ਧੀ ਦੱਸ ਰਹੀ ਸੀ, ਗਿਆਨੀ ਗੁਰਮੁਖ ਸਿੰਘ ਜੀ ਲਿਖ ਰਿਹਾ ਦੱਸ ਦਾ ਢੱਡ ਜੱਤਾ ਹੇ
ਸਤੂਰ ਨੀ ਸਮਾਪਤ ਹੈ। ਭੁੱਲ ਚੁੱਕੇ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।